ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਐਨਸੀਪੀ ਨੇਤਾ ਬਾਬਾ ਸਦੀਕੀ ਦਾ ਗੋਲੀਆਂ ਮਾਰ ਕੇ ਕਤਲ Hindu ਆਗੂ ਵਿਕਾਸ ਬੱਗਾ ਕਤਲ ਕਾਂਡ ਵਿੱਚ ਵੱਡੀ ਅਪਡੇਟ ਹਰਿਆਣਾ ਚ ਸੌ ਚੁੱਕ ਸਮਾਗਮ ਦੀ ਫਿਰ ਬਦਲੀ ਤਾਰੀਖ ਰਵਨੀਤ ਮਿੱਟੂ ਹੋ ਸਕਦੇ ਨੇ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਜੇਲ੍ਹ ਵਿੱਚ RAM ਲੀਲਾ ਦੌਰਾਨ ਦੋ ਕੈਦੀ ਫਰਾਰ ਦੁਸ਼ਹਿਰੇ ਵਾਲੇ ਦਿਨ ਮੰਦਿਰ ਜਾ ਰਹੇ ਪਰਿਵਾਰ ਨਾਲ ਵੱਡਾ ਹਾਦਸਾ 8 ਜੀਆਂ ਦੀ ਮੌਤ ਬੋਇੰਗ ਨੇ ਕਰਮਚਾਰੀਆਂ ਦੀ ਛਾਂਟੀ ਦਾ ਕੀਤਾ ਐਲਾਨ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਪਹਿਲਾ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦਿਆਂ ਇੱਕ ਬਹੁਤ ਵੱਡੀ ਖਬਰ ਮਿਲ ਰਹੀ ਹੈ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਤੇ NCP ਦੇ ਅਜੀਤ ਪਵਾਰ ਧੜੇ ਦੇ ਮੈਂਬਰ ਬਾਬਾ ਸਦੀਕੀ ਦਾ ਬੀਤੀ ਸ਼ਾਮ ਬਾਂਦਰਾ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਬਾਬਾ ਸਦੀਕੀ ਰਾਤ ਦੇ ਤਕਰੀਬਨ 7:30 ਵਜੇ ਦੇ ਦਰਮਿਆਨ ਦਫ਼ਤਰ ਤੋਂ ਨਿਕਲੇ ਸੀ ਜਦੋਂ ਗੋਲੀ ਚੱਲ ਜਾਂਦੀ ਹੈ ਤੇ ਉਹ ਆਪਣੇ ਦਫ਼ਤਰ ਦੇ ਨੇੜੇ ਉਸ ਵਕਤ ਕਹਿੰਦੇ ਪਟਾਕੇ ਚਲਾ ਰਹੇ ਸੀ। ਉਦੋਂ ਹੀ ਇੱਕ ਕਾਰ ਦੇ ਵਿੱਚੋਂ ਤਿੰਨ ਵਿਅਕਤੀ ਉਤਰੇ ਤੰਨਾ ਨੇ ਮੂਹਾਂ ਦੇ ਉੱਤੇ ਰੁਮਾਲ ਬੰਨੇ ਹੋਏ ਸੀ ਉਹਨਾਂ ਨੇ ਬਾਬਾ ਸਦੀਕੀ ਦੇ ਉੱਤੇ ਤਿੰਨ ਰਾਉਂਡ ਫਾਇਰ ਕੀਤੇ ਐ ਇੱਕ ਗੋਲੀ ਦੱਸਿਆ ਜਾ ਰਿਹਾ ਕਿ ਬਾਬਾ ਸਦੀਕੀ ਦੇ ਸਾਥੀ ਦੀ ਲੱਤ ਵਿੱਚ ਵੀ ਲੱਗੀ ਇਸ ਤੋਂ ਬਾਅਦ ਦੂਸਰੀ ਗੋਲੀ ਸਦੀਕੀ ਨੂੰ ਲੱਗ ਗਈ ਗੋਲੀ ਲੱਗਣ ਕਾਰਨ ਉਹ ਜ਼ਮੀਨ ਤੇ ਡਿੱਗੇ ਲੋਕਾਂ ਨੇ ਉਹਨੂੰ ਤੁਰੰਤ ਲੀਲਾਵਤੀ ਹਸਪਤਾਲ ਦੇ ਵਿੱਚ ਪਹੁੰਚਦਾ ਕੀਤਾ ਸੂਚਨਾ ਮਿਲਦੇ ਸਾਰੀ ਪੁਲਿਸ ਵੀ ਮੌਕੇ ਤੇ ਪਹੁੰਚੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਪੁਲਿਸ ਨੇ ਦੋ ਲੋਕਾਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਜਾਣਕਾਰੀ ਅਨੁਸਾਰ ਬਾਬਾ ਸਦੀਕੀ ਸਵਾ 9 ਵਜੇ ਦੇ ਨੇੜੇ ਤੇੜ ਦਫਤਰ ਤੋਂ ਨਿਕਲੇ ਸੀ ਜਦੋਂ ਇਹ ਗੋਲੀ ਚੱਲ ਜਾਂਦੀ ਹੈ ਉਦੋਂ ਹੀ ਕਾਰ ਦੇ ਵਿੱਚੋਂ ਇਹ ਤਿੰਨ ਨਿਕਲੇ ਹੋਏ ਉਤਰੀ ਹੋਏ ਵਿਅਕਤੀਆਂ ਨੇ ਉਹਨਾਂ ਦੇ ਉੱਤੇ ਇਹ ਗੋਲੀਬਾਰੀ ਕਰ ਦਿੱਤੀ ਸੋ ਬਾਬਾ ਸਦੀਕੀ ਇਸ ਗੋਲੀਬਾਰੀ ਦੇ ਕਾਰਨ ਜਹਾਨ ਤੋਂ ਜਾ ਚੁੱਕੇ ਨੇ ਸਦੀਕੀ ਅਤੇ ਉਹਨਾਂ ਦੇ بیٹے ਦੀ ਸ਼ਾਨ ਦੇ ਦਫਤਰ ਦੇ ਉੱਤੇ ਇਹ ਗੋਲੀਆਂ ਚਲਾਈਆਂ ਗਈਆਂ ਨੇ ਜੋ ਕਿ ਬਾਂਦਰਾ ਈਸ ਤੋਂ ਵਿਧਾਇਕ ਨੇ ਗੋਲੀਬਾਰ ਦੀ ਘਟਨਾ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਵਾਪਰੀ ਹੈ ਜਿਹੜੀਆਂ ਕਿ ਇਸ ਸਾਲ ਦੇ ਅਖੀਰ ਦੇ ਵਿੱਚ ਹੋ ਜਾਣ ਦੀਆਂ ਸੰਭਾਵਨਾ ਹੈ ਮੁੰਬਈ ਪੁਲਿਸ ਦੇ ਮੁਤਾਬਕ ਉਹਨਾਂ ਨੂੰ ਤਿੰਨ ਗੋਲੀਆਂ ਲੱਗੀਆਂ ਨੇ ਬਾਬਾ ਸਦੀਕੀ ਅਜੀਤ ਗਰੁੱਪ ਦੇ ਆਗੂ ਸਨ ਇਹਦੇ ਤੋਂ ਇਲਾਵਾ ਬਾਬਾ ਸਦੀਕੀ ਬਾਲੀਵੁੱਡ ਪਾਰਟੀਆਂ ਲਈ ਵੀ ਜਾਣੇ ਜਾਂਦੇ ਸੀ ਬਾਬਾ ਸਦੀਕੀ ਦੀ ਮੌਤ ਤੋਂ ਬਾਅਦ ਸਲਮਾਨ ਖਾਨ ਨੇ ਬਿੱਗ ਬਾਸ 18 ਦੀ ਸ਼ੂਟਿੰਗ ਰੱਦ ਕਰ ਦਿੱਤੀ ਅਤੇ ਆਪਣੀ ਸ਼ੂਟਿੰਗ ਰੁਕ ਸਲਮਾਨ ਖਾਨ ਲੀਲਾਵਤੀ ਹਸਪਤਾਲ ਪੁੱਜੇ ਉੱਥੇ ਸ਼ਿਲਪਾ ਸ਼ੈਟੀ ਵੀ ਹਸਪਤਾਲ ਵਿੱਚ ਪਹੁੰਚ ਚੁੱਕੀ ਸੀ ਦੱਸਣਾ ਬਣਦਾ ਕਿ ਬਾਬਾ ਸਦੀਕੀ ਨਾ ਸਿਰਫ ਰਾਜਨੀਤੀ ਵਿੱਚ ਦਿਗਜ ਸਨ ਬਲਕਿ ਉਹਨਾਂ ਦੇ ਬਾਲੀਵੁੱਡ ਦੇ ਦੋ ਸੁਪਰਸਟਾਰਾਂ ਸਲਮਾਰ ਖਾਨ ਅਤੇ ਸ਼ਾਹਰੂਖ ਖਾਨ ਦੇ ਵਿਚਕਾਰ ਲੰਬੇ ਸਮੇਂ ਤੋਂ ਚੱਲੀ ਆ ਰਹੀ ਦੁਸ਼ਮਣੀ ਨੂੰ ਖਤਮ ਕਰਨ ਦੇ ਵਿੱਚ ਵੀ ਇੱਕ ਵੱਡੀ ਭੂਮਿਕਾ ਅਦਾ ਕੀਤੀ ਸੀ ਜਾਣਕਾਰੀ ਅਨੁਸਾਰ ਸਾਲ 2008 ਚ ਕੈटरीना कैफ ਦੇ ਜਨਮ ਦਿਨ ਦੀ ਪਾਰਟੀ ਵਿੱਚ ਦੋਵਾਂ ਵਿਚਕਾਰ ਕੋਈ ਲੜਾਈ ਹੋਈ ਸੀ ਜਿਸ ਤੋਂ ਬਾਅਦ ਦੋਵਾਂ ਨੇ ਇੱਕ ਦੂਸਰੇ ਨਾਲ ਗੱਲਬਾਤ ਕਰਨੀ ਵੀ ਬੰਦ ਕਰ ਦਿੱਤੀ ਸੀ ਇਸ ਲੜਾਈ ਤੋਂ ਬਾਅਦ ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਨੇ ਵੱਡੇ ਇਵੈਂਟਸ ਦੇ ਵਿੱਚ ਇੱਕ ਦੂਸਰੇ ਤੋਂ ਦੂਰੀ ਬਣਾ ਲਈ ਸੀ ਅਤੇ ਉਹਨਾਂ ਦੇ ਰਿਸ਼ਤੇ ਬੇਹੱਦ ਤਣਾਅਪੂਰਨ ਦੌਰ ਵਿੱਚੋਂ ਗੁਜ਼ਰ ਰਹੇ ਸੀ ਪਰ 2013 ਦੇ ਵਿੱਚ ਬਾਬਾ ਸਦੀਕੀ ਨੇ ਦੋਵਾਂ ਨੂੰ ਆਪਣੀ ਮਸ਼ਹੂਰ ਇਫਤਾਰ ਪਾਰਟੀ ਵਿੱਚ ਬੁਲਾਇਆ ਜਿੱਥੇ ਦੋਵੇਂ ਸਤਾਰੇ ਲੰਬੇ ਸਮੇਂ ਬਾਅਦ ਇੱਕ ਦੂਸਰੇ ਨੂੰ ਮਿਲੇ ਇਸ ਪਾਰਟੀ 'ਤੇ ਸ਼ਾਹਰੁਖ ਅਤੇ ਸਲਮਾਨ ਇੱਕ ਦੂਸਰੇ ਨੂੰ ਗਲੇ ਲਗਾ ਲੈਂਦੇ ਨੇ ਅਤੇ 5 ਸਾਲਾਂ ਦੀ ਦੁਸ਼ਮਣੀ ਨੂੰ ਫਿਰ ਖਤਮ ਕਰ ਦਿੰਦੇ ਨੇ ਇਹ ਪਲ ਬਾਲੀਵੁੱਡ ਅਤੇ ਉਹਨਾਂ ਦੇ ਪ੍ਰਸ਼ੰਸ਼ਕਾਂ ਵਾਸਤੇ ਬਹੁਤ ਖਾਸ ਸਨ ਕਿਉਂਕਿ ਦੋਵਾਂ ਸੁਪਰਸਟਾਰਾਂ ਦੀ ਦੁਸ਼ਮਣੀ ਨੇ ਇੰਡਸਟਰੀ ਦੇ ਵਿੱਚ ਹਲਚਲ ਮਚਾ ਦਿੱਤੀ ਸੀ ਇਸ ਪਾਰਟੀ ਤੋਂ ਬਾਅਦ ਦੋਵਾਂ ਵਿਚਾਲੇ ਕੁੜੱਤਣ ਖਤਮ ਹੋ ਗਈ ਸੀ ਅਤੇ ਹੁਣ ਦੋਵੇਂ ਇੱਕ ਦੂਸਰੇ ਦੇ ਚੰਗੇ ਦੋਸਤ ਮੰਨੇ ਜਾਂਦੇ ਨੇ ਬਾਂਦਰਾ ਪੱਛਮੀ ਤੋਂ ਦੱਸਣਾ ਬਣਦਾ ਕਿ ਉਹ ਤਿੰਨ ਵਾਰ ਵਿਧਾਇਕ ਰਹੀ ਸਦੀਕੀ 48 ਵਰਿਆਂ ਤੋਂ ਕਾਂਗਰਸ ਨਾਲ ਜੁੜੇ ਹੋਏ ਸੀ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਦੀਕੀ ਨੇ ਇਸੇ ਸਾਲ 8 ਫਰਵਰੀ ਨੂੰ ਕਾਂਗਰਸ ਛੱਡੀ ਸੀ ਅਤੇ 2 ਦਿਨ ਬਾਅਦ 7 ਫਰਵਰੀ ਨੂੰ ਅਜੀਤ ਪਵਾਰ ਦੀ NCP ਪਾਰਟੀ ਵਿੱਚ ਸ਼ਾਮਲ ਹੋ ਗਏ ਸਨ ਉਹ 1999 2004 ਅਤੇ 2009 ਵਿੱਚ ਬਾਂਦਰਾ ਪੱਛਮੀ ਹਲਕੇ ਤੋਂ ਵਿਧਾਇਕ ਰਹੇ 2004 ਅਤੇ 8 ਦਰਮਿਆਨ ਖੁਰਾਕ ਅਤੇ ਸਿਵਲ ਸਪਲਾਈ ਅਤੇ ਲੇਬਰ ਤੇ FDA ਦੇ ਰਾਜ ਮੰਤਰੀ ਦੇ ਵਜੋਂ ਵੀ ਸੇਵਾਵਾਂ ਨਿਭਾਉਂਦੇ ਰਹੇ ਤੇ ਹੁਣ ਗੱਲ ਕਰਦੇ ਹਾਂ Hindu Agoo Vikas ਵੱਗਾ ਦੇ ਕਤਲकांड ਵਿੱਚ ਇੱਕ ਵੱਡੀ ਅਪਡੇਟ ਮਿਲੀ ਹੈ ਇਸੇ ਸਾਲ ਐਨਆਈਏ ਨੇ ਪੰਜਾਬ ਦੇ ਵਿੱਚ ਵਿਸ਼ਵ Hindu ਪਰਿਸ਼ਦ ਦੇ ਆਗੂ ਵਿਕਾਸ ਪ੍ਰਵਾਕਰ ਉਰਫ ਵਿਕਾਸ ਵੱਗਾ ਦੇ ਕਤਲ ਦੇ ਸਬੰਧ ਵਿੱਚ ਇੱਕ ਚਾਰਜ ਸ਼ੀਟ ਦਾਖਲ ਕਰ ਦਿੱਤੀ ਹੈ ਐਨਆਈਏ ਨੇ ਪਾਕਿਸਤਾਨੀ ਵੱਖਵਾਦੀ ਜੱਥੇਬੰਦੀ ਵਦਾਵਾ ਸਿੰਘ ਬੱਬਰ ਦੀ ਵਿਸ਼ਵ Hindu ਪਰਿਸ਼ਦ ਦੇ ਆਗੂ ਦੇ ਕਤਲ ਦੇ ਵਿੱਚ ਸਿੱਧੀ ਭੂਮਿਕਾ ਮੰਨੀ ਹੈ ਵਦਾਵਾ ਸਿੰਘ ਬੱਬਰ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਪ੍ਰਮੁੱਖ ਆਗੂ ਹੈ ਐਨਆਈਏ ਨੇ ਆਪਣੀ ਰਿਪੋਰਟ ਦੇ ਵਿੱਚ ਲਿਖਿਆ ਹੈ ਕਿ ਬਬਰ ਖਾਲਸਾ ਇੰਟਰਨੈਸ਼ਨਲ ਨੇ ਪੰਜਾਬ ਨੂੰ ਤਬਾਹ ਕਰਨ ਦੀ ਸਾਜ਼ਿਸ਼ ਰਚੀ ਸੀ ਪ੍ਰਵਾਕਰ ਦਾ ਕਤਲ ਕਰਨ ਵਾਸਤੇ ਇੱਕ ਨਿਯਮਤ ਸ਼ੂਟਰ ਨੂੰ ਨਿਯੁਕਤ ਕੀਤਾ ਗਿਆ ਸੀ ਐਨ ਆਈਏ ਨੇ ਆਪਣੀ ਰਿਪੋਰਟ ਦੇ ਵਿੱਚ ਇਹ ਵੀ ਲਿਖਿਆ ਹੈ ਕਿ ਵਿਸ਼ਵ Hindu ਪ੍ਰੀਸ਼ਦ ਆਗੂ ਦੀ ਹੱਤਿਆ ਦਾ ਪੂਰਾ ਮੋਡਿਊਲ ਜਰਮਨੀ ਕੈਨੇਡਾ ਅਤੇ ਅਮਰੀਕਾ ਵਿੱਚ ਬੁਣਿਆ ਗਿਆ ਸੀ ਲਿਖਿਆ ਗਿਆ ਕਿ ਵਧਾਵਾ ਸਿੰਘ ਇਹ ਸਾਰੀ ਖੇਡ ਦਾ ਮਾਸਟਰਮਾਈਂਡ ਸੀ ਐਨ ਆਈਏ ਨੇ ਆਪਣੀ ਚਾਰ ਸ਼ੀਟ ਵਿੱਚ ਇਸ ਗੱਲ ਦਾ ਵੀ ਖੁਲਾਸਾ ਕੀਤਾ ਹੈ ਕਿ ਬਬਰ ਖਾਲਸਾ ਇੰਟਰਨੈਸ਼ਨਲ ਲਗਾਤਾਰ ਪੰਜਾਬ ਵਿੱਚ ਸਰਗਰਮ ਹੋਣ ਦੀ ਫਿਰ ਕੋਸ਼ਿਸ਼ ਕਰ ਰਿਹਾ ਹੈ। ਇਸ ਸਾਲ ਪਹਿਲੀ ਵਾਰ ਜਿਸ ਤਰ੍ਹਾਂ ਇਹ ਮੌਤ ਦੀ ਖੇਡ ਰਚੀ ਗਈ ਉਸ ਤੋਂ ਇਹ ਪਤਾ ਲੱਗਦਾ ਹੈ ਕਿ ਇਹ ਦੇਸ਼ ਦੀ ਅਖੰਡਤਾ ਵਾਸਤੇ ਖਤਰਾ ਹੈ। ਇਹ ਘਟਨਾ 13 April 2024 ਨੂੰ ਵਾਪਰੀ ਸੀ। ਜਦੋਂ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੇ ਨੰਗਲ ਦੇ ਵਿੱਚ BKI ਮਾਡਿਊਲ ਦੇ ਸੰਚਾਲਕਾਂ ਨੇ ਪ੍ਰਵਾਹਕ ਨੂੰ ਉਸਦੀ ਮਠਿਆਈ ਦੀ ਦੁਕਾਨ ਤੇ ਗੋਲੀਆਂ ਮਾਰ ਦਿੱਤੀਆਂ ਸਨ। NIA ਨੇ ਆਪਣੀ ਚਾਰ ਸ਼ੀਟ ਵਿੱਚ ਵਧਾਵਾ ਸਿੰਘ ਅਤੇ ਦੋ ਹੋਰ ਪਗੋੜੇ ਅਤੇ ਤਿੰਨ ਗ੍ਰਿਫਤਾਰ ਵਿਅਕਤੀ ਨੂੰ ਮਲਜ਼ਮ ਦੇ ਵਜੋਂ ਆਮਜ਼ਦ ਕੀਤਾ ਹੈ। ਉਹਨਾਂ ਦੇ ਖਿਲਾਫ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਯੂਏਪੀਏ ਭਾਰਤੀ ਦੰਡਾਵਲੀ ਆਈਪੀਸੀ ਅਤੇ ਆਰਮਜ਼ ਐਕਟ ਦੇ ਤਹਿਤ ਦੋਸ਼ ਤਰਜ ਕੀਤੇ ਨੇ। ਫੜੇ ਗਏ ਦੋ ਸ਼ੂਟਰਾਂ ਦੇ ਨਾਮ ਮਨਦੀਪ ਕੁਮਾਰ ਉਰਫ ਮੰਗਲੀ ਅਤੇ ਸੁਰਿੰਦਰ ਕੁਮਾਰ ਉਰਫ ਰੀਕਾ ਦੱਸੇ ਗਏ ਨੇ। ਦੋਵੇਂ ਨਵਾਂ ਸ਼ਹਿਰ ਪੰਜਾਬ ਨਾਲ ਸਬੰਧਤ ਦੱਸੇ ਜਾ ਰਹੇ ਨੇ। ਗ੍ਰਫਤਾਰ ਕੀਤੇ ਗਏ ਤੀਸਰੇ ਮੁਲਜ਼ਮ ਗੁਰਪ੍ਰੀਤ RAM ਉਰਫ ਗੋਰਾ ਜੋ ਕਿ ਨਵਾਂ ਸ਼ਰਦਾ ਹੀ ਰਹਿਣ ਵਾਲਾ ਹੈ ਉਹਦੇ ਖਿਲਾਫ ਅਸਲਾ ਐਕਟ ਤਹਿਤ ਕੇਸ ਦਰਜ ਨੇ ਫਰਾਰ ਮੁਲਜ਼ਮਾਂ ਦੇ ਵਿੱਚ ਵਧਾਵਾ ਸਿੰਘ ਅਤੇ ਉਸਤੇ ਸਾਥੀਆਂ ਦਾ ਜਿਨ੍ਹਾਂ ਦੇ ਵਿੱਚ ਹਰਜੀਤ ਸਿੰਘ ਉਰਫ ਲਾਡੀ ਅਤੇ ਯਮਨਾਨਗਰ ਹਰਿਆਣਾ ਦਾ ਕੁਲਵੀਰ ਸਿੰਘ ਉਰਫ ਸਿੱਧੂ ਦੱਸੇ ਜਾ ਰਹੇ ਨੇ ਸੋ ਹੁਣ ਗੱਲ ਕਰਦੇ ਆਂ ਹਰਿਆਣਾ ਦੇ ਵਿੱਚ ਭਾਜਪਾ ਤੀਸਰੀ ਵਾਰ ਜਿੱਤ ਚੁੱਕੀ ਹੈ ਹੈਟ੍ਰਿਕ ਮਾਰ ਚੁੱਕੀ ਹੈ ਅਤੇ ਹਰਿਆਣਾ ਦੇ ਵਿੱਚ ਨਵੀਂ ਸਰਕਾਰ ਨੂੰ ਸੌਂ ਚੁਕਾਈ ਜਾਣ ਦੀ ਤਾਰੀਖ ਤੀਸਰੀ ਵਾਰ ਬਦਲੀ ਗਈ ਹੈ। ਹਰਿਆਣਾ ਦੀ ਨਵੀਂ ਸਰਕਾਰ ਹੁਣ ਦੱਸਿਆ ਜਾ ਰਿਹਾ ਹੈ ਕਿ 17 ਅਕਤੂਬਰ ਨੂੰ ਸੌਂ ਚੁਕੇਗੀ। ਪੰਚਕੂਲਾ ਦੇ ਵਿੱਚ ਹੋਣ ਵਾਲੇ ਸੌਂ ਚੁੱਕ ਸਮਾਗਮ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰੱਖਿਆ ਮੰਤਰੀ ਰਾਜ ਸਿੰਘ ਸਮੇਤ ਕਈ ਹੋਰ ਕੇਂਦਰੀ ਮੰਤਰੀ ਅਤੇ ਭਾਜਪਾ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀ ਵੀ ਸ਼ਾਮਲ ਹੋ ਸਕਦੇ ਐ। ਸੌਂ ਚੁੱਕ ਸਮਾਗਮ ਲਈ ਪਹਿਲਾ 12 ਅਕਤੂਬਰ ਫਿਰ 15 ਅਕਤੂਬਰ ਦਾ ਦਿਨ ਨਿਰਧਾਰਤ ਕੀਤਾ ਗਿਆ ਸੀ ਪਰ ਪ੍ਰਧਾਨ ਮੰਤਰੀ ਦਫ਼ਤਰ ਤੋਂ ਸਵਾਮੀ ਨਹੀਂ ਸੀ ਮਿਲ ਸਕਿਆ ਕੇਂਦਰੀ ਲੀਡਰਸ਼ਿਪ ਨੇ ਸ਼ੁੱਕਰਵਾਰ ਦੀ ਸ਼ਾਮ ਨੂੰ ਨਾਇਬ ਸਿੰਘ ਸੈਣੀ ਨੂੰ ਦਿੱਲੀ ਸੱਦ ਲਿਆ ਸੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਿਵਾਸ ਤੇ ਫਿਰ ਦੇਰ ਰਾਤ ਤੱਕ ਇਹ ਬੈਠ ਚੱਲੀ ਅਤੇ ਬੈਠਕ ਦੇ ਵਿੱਚ ਸੌ ਚੁੱਕ ਸਵਾਗਮ ਅਤੇ ਮੰਤਰੀ ਮੰਡਲ ਵਿੱਚ ਕੌਣ-ਕੌਣ ਹੋਏਗਾ ਇਹਦੇ ਤੇ ਚਰਚਾ ਚੱਲਦੀ ਰਹੀ ਸ਼ਨੀਚਰਵਾਰ ਵਾਲੇ ਦਿਨ ਦਿੱਲੀ ਤੋਂ ਪਰਤੇ ਨਾਇਬ ਸਿੰਘ ਸੈਣੀ ਨੇ ਕਿਹਾ ਕਿ 17 ਅਕਤੂਬਰ ਨੂੰ ਸੌ ਚੁੱਕ ਸਵਾਗਤ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਭਾਜਪਾ ਦੀ ਸਿਖਰਲੀ ਲੀਡਰਸ਼ਿਪ ਵੀ ਸ਼ਾਮਲ ਹੋਏਗੀ ਜਿੱਥੋਂ ਤੱਕ ਨਵਾਂ ਮੁੱਖ ਮੰਤਰੀ ਬਣਨ ਦੀ ਗੱਲ ਹੈ ਉਹ ਕਹਿੰਦੇ ਸਾਡੇ ਅਬਜ਼ਰਵਰ ਇੱਥੇ ਆਉਣਗੇ ਅਤੇ ਉਹ ਵਿਧਾਇਕਾਂ ਦੇ ਨਾਲ ਇਸ ਮਸਲੇ ਤੇ ਗੱਲਬਾਤ ਕਰਨਗੇ ਵਿਧਾਇਕ ਜੋ ਵੀ ਫੈਸਲਾ ਕਰਨਗੇ ਉਹ ਸਰਵਉੱਚ ਹੋਏਗਾ ਹਾਲਾਂਕਿ ਇਹ ਗੱਲਾਂ ਕਾਗਜ਼ੀ ਨੇ ਹੋਣਾ ਉਹ ਹੈ ਜੋ ਹਾਈ ਕਮਾਂਡ ਆਖੇਗੀ ਦੱਸਣਾ ਬਣਦਾ ਕਿ ਭਾਜਪਾ 51 ਵਿਧਾਇਕਾਂ ਦੇ ਨਾਲ ਹਰਿਆਣਾ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ ਜਾਣਕਾਰੀ ਮੁਤਾਬਕ ਸੈਣੀ ਦੇ ਨਾਲ 10 ਤੋਂ 12 ਮੰਤਰੀ ਸੋਚ ਚੁੱਕੇ ਸਕਦੇ ਐ ਇਹਨਾਂ ਵਿੱਚ ਸਾਬਕਾ ਮੰਤਰੀ ਅਨਿਲ ਵਿੱਚ ਸਾਬਕਾ ਮੰਤਰੀ ਵਿਪਲ ਗੋਇਲ ਮਹੀਪਾਲ ਢਾਂਡਾ ਕ੍ਰਿਸ਼ਨ 베ਦੀ ਰਾਓ ਨਰਵੀਰ ਸਿੰਘ ਅਤੇ ਕ੍ਰਿਸ਼ਨ ਲਾਲ ਪਵਾਰ ਦੇ ਨਾਲ-ਨਾਲ ਸਾਬਕਾ ਵਿਧਾਨ ਸਭਾ ਡਿਪਟੀ ਸਪੀਕਰ ਰਣਵੀਰ ਗੰਗਵਾ ਵੱਡੇ ਚਿਹਰੇ ਐ ਪਿਛਲੀ ਸਰਕਾਰ ਦੇ ਵਿੱਚੋਂ 10 'ਚੋਂ 8 ਮੰਤਰੀ ਅਤੇ ਵਿਧਾਨ ਸਭਾ ਦੇ ਸਪੀਕਰ ਚੋਣ ਹਾਰ ਗਏ ਸੀ ਜਿਸ ਕਰਕੇ ਕੁਝ ਨਵੇਂ ਚਿਹਰਿਆਂ ਨੂੰ ਮੌਕਾ ਦਿੱਤੇ ਜਾਣ ਦੀਆਂ ਸੰਭਾਵਨਾਵਾਂ ਨੇ ਰਾਸਵਾ ਦੇ ਮੈਂਬਰ ਕਿਰਨ ਚੌਧਰੀ ਦੀ ਤੀ ਸ਼ਰੂਤੀ ਚੌਧਰੀ ਅਤੇ ਕੇਂਦਰੀ ਰਾਜ ਮੰਤਰੀ ਰਾਓ ਇੰਦਰਜੀਤ ਦੀ ਤੀ ਆਰਤੀ ਰਾਓ ਨੂੰ ਵੀ ਮੰਤਰੀ ਮੰਡਲ ਵਿੱਚ ਸਥਾਨ ਮਿਲ ਸਕਦਾ ਹੈ ਇਹਨਾਂ ਤੋਂ ਇਲਾਵਾ ਸੁਨੀਲ ਸਾਗਵਾਨ ਬਿਮਲਾ ਚੌਧਰੀ ਲਕਸ਼ਮਣ ਯਾਦਵ ਅਰਵਿੰਦ ਸ਼ਰਮਾ ਸ਼ਿਆਮ ਸਿੰਘ ਰਾਣਾ ਹਰਵਿੰਦਰ ਕਲਿਆਣ ਸੋਵਿਤਰੀ ਜਿੰਦਲ, ਕ੍ਰਿਸ਼ਨਾ ਗਹਿਲਾਤ, ਡਾਕਟਰ ਕ੍ਰਿਸ਼ਨ ਲਾਲ ਮਿੱੱਡਾ ਅਤੇ ਰਜੇਸ਼ ਨਾਗਰ ਇਹ ਵੀ ਮੰਤਰੀ ਅਹੁਦੇ ਦੀ ਦੌੜ ਵਿੱਚ ਦੱਸੇ ਜਾ ਰਹੇ ਨੇ ਤੇ ਹੁਣ ਗੱਲ ਕਰਦੇ ਆ ਕਿ ਕੀ ਪੰਜਾਬ ਭਾਜਪਾ ਨੂੰ ਨਵਾਂ ਪ੍ਰਧਾਨ ਬਣਨ ਜਾ ਰਿਹਾ ਹੈ ਅਸਲ ਦੇ ਵਿੱਚ ਬੀਤੇ ਕੁਝ ਇੱਕ ਸਮੇਂ ਤੋਂ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਕਿਸੇ ਪਾਸੇ ਨਾਜ਼ਰ ਨਹੀਂ ਆਉਂਦੇ ਉਹ ਖੁਦ ਨਾਰਾਜ਼ ਦੱਸੇ ਜਾ ਰਿਹਾ ਤੇ ਹੁਣ ਕੁਝ ਭਾਜਪਾਈਏ ਉਹਨਾਂ ਤੋਂ ਵੀ ਨਾਰਾਜ਼ ਦੱਸੇ ਜਾ ਰਹੇ ਆ ਸੋ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਅਸਤੀਫੇ ਦੀਆਂ ਖਬਰਾਂ ਵੀ ਸਮੇਂ-ਸਮੇਂ ਤੇ ਆਉਂਦੀਆਂ ਰਹੀਆਂ ਨੇ ਭਾਵੇਂ ਇਹ ਖਬਰਾਂ ਵਿਰੋਧੀਆਂ ਦੇ ਵੱਲੋਂ ਆਖੀਆਂ ਗਈਆਂ ਪਰ ਭਾਜਪਾ ਦੇ ਸੀਨੀਅਰ ਆਗੂ ਇਹਨਾਂ ਨੂੰ ਅੱਜ ਤੱਕ ਸਿਰੇ ਤੋਂ ਨਕਾਰਦੇ ਰਹੇ ਐ ਅਤੇ ਇਹਨਾਂ ਨੂੰ ਕੋਰਾ ਝੂਠ ਆਖਦੇ ਰਹੇ ਐ ਤੇ ਵਿਰੋਧੀਆਂ ਵੱਲੋਂ ਫਲਾਈ ਜਾ ਰਹੀ ਸਿਰਫ ਅਫਵਾਹ ਦੱਸਦੇ ਰਹੇ ਐ ਪਰ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਭਾਜਪਾ ਚ ਜਲਦੀ ਵੱਡੇ ਬਦਲਾਅ ਕੀਤੇ ਜਾ ਸਕਦੇ ਐ ਜਿਸ ਮੁਤਾਬਕ ਕੇਂਦਰੀ ਰਾਜ ਮੰਤਰੀ ਰਵਨੀਤ ਮਿੱਟੂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਇਹ ਥਾਪਿਆ ਜਾ ਸਕਦਾ ਹੈ ਇਹ ਵੱਡੀ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਜਾ ਸਕਦੀ ਹੈ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਅਸਲ ਦੇ ਵਿੱਚ ਰਵਨੀਤ ਮਿੱਟੂ ਨੂੰ ਕੇਂਦਰ ਦੇ ਵਿੱਚ ਰਾਜ ਮੰਤਰੀ ਅਤੇ ਫਿਰ ਰਾਜ ਸਭਾ ਮੈਂਬਰ ਬਣਾਏ ਜਾਣ ਤੋਂ ਦਰਅਸਲ ਸੁਨੀਲ ਜਾਖੜ ਕਾਫੀ ਖਫਾ ਨੇ ਪਰ ਹੁਣ ਹੋ ਸਕਦਾ ਹੈ ਕਿ ਆਹ ਜ਼ਿੰਮੇਵਾਰੀ ਵੀ ਪ੍ਰਧਾਨਗੀ ਵਾਲੀ ਵੀ ਰਵਨੀਤ ਮਿੱਟੂ ਨੂੰ ਦੇ ਦਿੱਤੀ ਜਾਵੇ ਪੰਜਾਬ ਭਾਜਪਾ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਉਹਨਾਂ ਨੂੰ ਇਸ ਅਹੁਦੇ ਤੋਂ ਹੁਣ ਹਟਾਇਆ ਜਾ ਸਕਦਾ ਹੈ ਦਰਅਸਲ ਪਿਛਲੇ ਕੁਝ ਸਮੇਂ ਤੋਂ ਸੁਨੀਲ ਜਾਖੜ ਦੇ ਅਸਤੀਫੇ ਦੀ ਚਰਚਾ ਲਗਾਤਾਰ ਤੇਜ਼ ਹੁੰਦੀ ਜਾ ਰਹੀ ਹੈ ਭਾਜਪਾ ਨੇ ਇਸ ਸਬੰਧ ਵਿੱਚ ਹਾਲੇ ਤੱਕ ਭਾਵੇਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਪਰ ਭਾਜਪਾ ਦੇ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਕੇਂਦਰੀ ਰਾਜ ਮੰਤਰੀ ਰਵਨੀਤ ਮਿੱਟੂ ਨੂੰ ਜਲਦ ਪੰਜਾਬ ਭਾਜਪਾ ਦਾ ਮੁਖੀ ਬਣਾਇਆ ਜਾ ਸਕਦਾ ਹੈ ਜਾਖੜ ਦੇ ਅਸਤੀਫੇ ਦੀ ਖਬਰ ਤੋਂ ਬਾਅਦ ਪੰਜਾਬ ਭਾਜਪਾ ਦੇ ਕੁਝ ਸੀਨੀਅਰ ਆਗੂ ਵੀ ਉਹਨਾਂ ਤੋਂ ਨਾਰਾਜ਼ ਦੱਸੇ ਜਾ ਰਹੇ ਨੇ ਜਿਸ ਕਰਕੇ ਫੈਸਲਾ ਲਿਆ ਜਾ ਰਿਹਾ ਹੈ ਇਸ ਸਬੰਧੀ ਹਾਈ ਕਮਾਂਡ ਨੂੰ ਦੱਸਿਆ ਗਿਆ ਕਿ ਪੱਤਰ ਵੀ ਭੇਜਿਆ ਜਾ ਚੁੱਕਾ ਹੈ ਜਿਸ ਦੇ ਵਿੱਚ ਸੁਨੀਲ ਜਾਖੜ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਵੀ ਕੀਤੀ ਗਈ ਹੈ ਜਾਖੜ ਦੀ ਗੈਰ ਹਾਜ਼ਰੀ ਚ ਕੇਂਦਰੀ ਰੇਲ ਮੰਤਰੀ ਰਵਨੀਤ ਮਿੱਟੂ ਦੀ ਪਾਰਟੀ ਦੇ ਅੰਦਰ ਸੂਬਾ ਪ੍ਰਧਾਨ ਬਣਨ ਦੀਆਂ ਆਵਾਜ਼ਾਂ ਉਹ ਉੱਠਣੀਆਂ ਸ਼ੁਰੂ ਹੋ ਗਈਆਂ ਨੇ ਕਿਉਂਕਿ ਜਲੰਧਰ ਤੋਂ ਸਾਬਕਾ ਸੰਸਦ ਅਤੇ ਭਾਜਪਾ ਦੇ ਆਗੂ ਸੁਸ਼ੀਲ ਕੁਮਾਰ ਰਿੰਕੂ ਨੇ ਇਸ਼ਾਰਾ ਵੀ ਦੇ ਦਿੱਤਾ ਹੈ ਲੁਧਿਆਣੇ ਤੋਂ ਜਲੰਧਰ ਗੱਡੀ ਵਿੱਚ ਰਵਨੀਤ ਬਿੱਟੂ ਨਾਲ ਬੈਠੇ ਰਿੰਕੂ ਦਾ ਇੱਕ ਵੀਡੀਓ ਵੀ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਰਿੰਕੂ ਨੇ ਕਿਹਾ ਕਿ ਤੁਸੀਂ ਸਾਡੇ ਲੀਡਰ ਹੋ ਤੁਹਾਡੀ ਅਗਵਾਈ ਵਿੱਚ ਅੱਗੇ ਵਧਾਂਗੇ ਤੁਹਾਡੀ ਸਾਰੇ ਲੀਡਰ ਸੀਨੀਅਰ ਵੀ ਤਾਰੀਫ ਕਰ ਰਹੇ ਨੇ ਤੇ ਯੂਨੀਅਰ ਵੀ ਜਵਾਬ ਦੇ ਵਿੱਚ ਬਿੱਟੂ ਕਹਿੰਦੇ ਹਰਿਆਣਾ ਦੀ ਜਿੱਤ ਦਾ ਅਸੀਂ ਜਸ਼ਨ ਮਨਾ ਰਹੇ ਹਾਂ ਪੰਜਾਬ ਵਿੱਚ ਵੀ ਇਸੇ ਤਰ੍ਹਾਂ ਜਿੱਤ ਹਾਸਲ ਕਰਾਂਗੇ ਦੱਸਣਾ ਬਣਦਾ ਕਿ ਸੁਨੀਲ ਜਾਖੜ ਲਗਾਤਾਰ ਪਾਰਟੀ ਦੀਆਂ ਮੀਟਿੰਗਾਂ ਤੋਂ ਨਾਰਾਜ਼ਗੀ ਦੀ ਵਜ੍ਹਾ ਕਾਰਨ ਗੈਰ ਹਾਜ਼ਰ ਨੇ ਅਤੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਹੀ ਪੰਜਾਬ ਦੇ ਵਿੱਚ ਚਾਰਜ ਹੋਣ ਵਾਲੀਆਂ ਜ਼ਿਮਨੀ ਚੋਣਾਂ ਦੇ ਜਿਹੜੇ ਜ਼ਿੰਮੇਵਾਰ ਵਿਅਕਤੀ ਨੇ ਉਹਨਾਂ ਨੂੰ ਵੀ ਨਿਯੁਕਤ ਕਰ ਦਿੱਤਾ ਗਿਆ ਹੈ ਹੁਣ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੀ ਉਹਨਾਂ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਮੈਂਬਰ ਸਕੱਤਰ ਅਤੇ ਉਹਨਾਂ ਦੇ ਮੁਖ ਬੁਲਾਰੇ ਚਰਨਜੀਤ ਸਿੰਘ ਬਰਾੜ ਦੇ ਵੱਲੋਂ ਇਹ ਬਿਆਨ ਸਾਂਝਾ ਕੀਤਾ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਬਹੁਤ ਅਹਿਮ ਮੀਟਿੰਗ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਵਿੱਚ 18 ਅਕਤੂਬਰ ਨੂੰ ਸਵੇਰੇ 11 ਵਜੇ ਜਲੰਧਰ ਦੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਕਰੇਗਾ ਜਿਸ ਦੇ ਵਿੱਚ ਸਮੁੱਚੀ ਪ੍ਰਜੀਡੀਅਮ ਐਗਜ਼ੀਕਟਿਵ ਕਮੇਟੀ ਅਤੇ ਐਡਵਾਈਜ਼ਰੀ ਬੋਰਡ ਦੇ ਸਾਰੇ ਮੈਂਬਰ ਵੀ ਸ਼ਾਮਲ ਹੋਣਗੇ ਇਸ ਮੀਟਿੰਗ ਵਿੱਚ ਦੱਸਿਆ ਗਿਆ ਕਿ ਖਾਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਦੀ ਚੋਣ ਲਈ ਕੌਣ ਉਮੀਦਵਾਰ ਹੋਵੇਗਾ ਇਹਦਾ ਫੈਸਲਾ ਕੀਤਾ ਜਾਏਗਾ। ਉਹਨਾਂ ਕਿਹਾ ਕਿ ਸਮਾਂ ਆ ਗਿਆ ਹੈ ਕਿ ਐਸਡੀਪੀਸੀ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੀ ਚੋਣ ਸਮੇਂ ਇੱਕ ਪਰਿਵਾਰ ਦੀ ਅਜਾਰੇਦਾਰੀ ਤੋੜੀ ਜਾਵੇ ਅਤੇ ਸਮਾਂ ਆ ਗਿਆ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਿਆਸੀ ਗਲਵੇ ਤੋਂ ਆਜ਼ਾਦ ਕਰਵਾਇਆ ਜਾਵੇ ਅਤੇ ਸਮਾਂ ਆ ਗਿਆ ਹੈ ਕਿ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਬਾਕੀ ਜਥੇਦਾਰ ਸਹਿਬਾਨਾਂ ਨੂੰ ਸੇਵਾ ਤੇ ਬਿਠਾਉਣ ਅਤੇ ਸੇਵਾ ਮੁਕਤੀ ਬਾਰੇ ਕੋਈ ਵਿਧੀ ਵਿਵਧਾਨ ਬਣਾਇਆ ਜਾਵੇ ਇਸ ਲਈ ਸਾਰੇ ਮੈਂਬਰਾਂ ਨੂੰ ਅੱਗੇ ਆ ਕੇ ਇਹਦੇ ਵਿੱਚ ਸਹਿਯੋਗੀ ਹੋਣਾ ਚਾਹੀਦਾ ਹੈ ਸੁਖਵੀਰ ਬਾਦਲ ਜੋ ਇਸ ਸਮੇਂ ਤਨਖਾਹਿਆ ਕਰਾਰ ਦਿੱਤੇ ਗਏ ਆ ਉਹ ਲੋਕਾਂ ਦੇ ਵਿੱਚ ਵਿਚਰ ਕੇ ਕਹਿੰਦੇ ਖਾਸ ਤੌਰ ਤੇ ਬੀਤੇ ਕੱਲ ਚੰਡੀਗੜ੍ਹ ਕੋਠੀ ਵਿੱਚ ਲਗਭਗ ਸਾਰੇ ਐਸਡੀਪੀਸੀ ਮੈਂਬਰਾਂ ਨੂੰ ਬੁਲਾ ਕੇ ਉਹਨਾਂ ਨਾਲ ਮੀਟਿੰਗਾਂ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਿੱਧੀ ਚੁਣੌਤੀ ਦੇ ਰਹੇ ਸਨ ਬਰਾੜ ਵੱਲੋਂ ਐਸਡੀਪੀਸੀ ਮੈਂਬਰਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਸੋਚ ਕੇ ਫੈਸਲਾ ਲੈਣ ਕਿਉਂਕਿ ਇੱਕ ਪਾਸੇ ਹੁਕਮਰਾਨਬ ਦੇ ਖਿਲਾਫ ਜਾ ਕੇ ਪੋਸ਼ਾਕ ਵਾਲਾ ਕੇਸ ਵਾਪਸ ਕਰਵਾਉਣ ਵਾਲੇ ਐ ਡੇਰੇ ਨੂੰ ਮੁਆਫੀ ਦਿਵਾਉਣ ਵਾਲੇ ਐ ਤੱਕੇ ਨਾਲ ਇਸ਼ਤਿਹਾਰ ਦਿਵਾਉਣ ਵਾਲੇ ਐ ਵੋਟਾਂ ਦੇ ਲਈ ਡੇਰੇ ਨਾਲ ਸੌਦੇਬਾਜ਼ੀ ਕਰਨ ਵਾਲੇ ਐ ਅਤੇ ਇਸ ਸੌਦੇਬਾਜ਼ੀ ਕਰਕੇ ਹੀ ਬੇਅਦਵੀ ਦੇ ਦੋਸ਼ੀ ਨਾ ਫੜੇ ਗਏ ਅਤੇ ਤਨਖਾਹੇ ਹੋਣ ਦੇ ਬਾਵਜੂਦ ਪ੍ਰਧਾਨਗੀ ਛੱਡਣ ਤੋਂ ਅੜੰਗ ਪ੍ਰਧਾਨ ਦੇ ਉਮੀਦਵਾਰ ਦੇ ਖਿਲਾਫ ਵੋਟ ਪਾਉਣ ਦਾ ਸਮਾਂ ਇਹਦੇ ਨਾਲ ਹੀ ਬਰਾੜ ਨੇ ਜਾਣਕਾਰੀ ਦਿੱਤੀ ਹੈ ਕਿ ਇਹਦੇ ਤੋਂ ਇਲਾਵਾ ਪੰਜਾਬ ਦੇ ਅੰਨਦਾਤੇ ਨੂੰ ਲੈ ਕੇ ਲੀਡਰਸ਼ਿਪ ਫਿਕਰਮੰਦ ਹੈ ਝੋਨੇ ਦੀ ਖਰੀਦ ਨੂੰ ਲੈ ਕੇ ਅੰਨਦਾਤੇ ਦੀ ਲੜਾਈ ਹਰ ਫਰੰਟ ਤੇ ਲੜੀ ਜਾਏਗੀ ਇਸ ਨੂੰ ਲੈ ਕੇ ਮੀਟਿੰਗ ਦੇ ਵਿੱਚ ਹੋਰ ਮੁੱਦੇ ਵੀ ਵਿਚਾਰੇ ਜਾਣਗੇ ਇਹਦੇ ਤੋਂ ਇਲਾਵਾ ਅੱਜ ਪੰਜਾਬ ਭਰ ਦੇ ਵਿੱਚ ਕਿਸਾਨਾਂ ਵੱਲੋਂ ਝੋਨੇ ਦੀ ਖਰੀਦ ਨੂੰ ਲੈ ਕੇ ਜਿਹੜਾ 3 ਘੰਟੇ ਦਾ ਧਰਨਾ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਹੈ ਸੁਧਾਰ ਲਹਿਰ ਕਹਿੰਦੇ ਉਹਦਾ ਵੀ ਸਮਰਥਨ ਕਰਦੀ ਹੈ ਆੜਤੀਏ ਸ਼ੈਲਰ ਮਾਲਕਾਂ ਦੇ ਹੱਕ ਵਿੱਚ 3 ਘੰਟੇ ਦੇ ਦਰਨੇ ਵਿੱਚੋਂ ਕਹਿੰਦੇ ਸਾਡੀ ਪਾਰਟੀ ਸਾਡਾ ਧੜਾ ਵੀ ਸ਼ਬੂਲੀਅਤ ਕਰੇਗਾ ਹੁਣ ਗੱਲ ਕਰਦੇ ਆ ਦੋ ਕੈਦੀ ਫਰਾਰ ਹੋ ਗਏ ਆੜ ਕੀ ਲਈ ਹੈ ਤੁਸੀਂ ਹੈਰਾਨ ਹੋਵੋਗੇ ਖਬਰ ਉੱਤਰਾਖੰਡ ਦੇ ਹਰ ਦੁਆਰ ਚੋਂ ਮਿਲੀ ਹੈ ਪਤਾ ਲੱਗਿਆ ਕਿ ਰਾਤ ਦਾ ਵਕਤ ਸੀ ਜਦੋਂ ਕੈਦੀ ਜੇਲ੍ਹ ਦੇ ਵਿੱਚੋਂ ਫਰਾਰ ਹੋਏ ਇਹ ਘਟਨਾ ਉਸ ਵਕਤ ਵਾਪਰੀ ਜਦੋਂ ਜੇਲ੍ਹ ਦੇ ਵਿੱਚ ਰਾਮਲੀਲਾ ਚੱਲ ਰਹੀ ਸੀ ਜ਼ਿਲ੍ਹਾ ਮੈਜਿਸਟ੍ਰੇਟ ਕਰਮਿੰਦਰ ਸਿੰਘ ਨੇ ਦੱਸਿਆ ਕਿ ਜੇਲ੍ਹ ਵਿੱਚ ਰਾਮਲੀਲਾ ਚੱਲ ਰਹੀ ਸੀ ਜਿਸ ਤਰ੍ਹਾਂ ਪੰਕਜ ਅਤੇ ਰਾਮ ਕੁਮਾਰ ਨਾਮੀ ਕੈਦੀ ਫਰਾਰ ਹੋ ਗਏ ਉਹਨਾਂ ਕਿਹਾ ਕਿ ਪੰਕਜ ਕਤਲ ਕਰਨ ਦਾ ਦੋਸ਼ੀ ਹੈ ਅਤੇ ਰਾਮ ਕੁਮਾਰ ਅਗਵਾ ਅਤੇ ਫਰੋਤੀ ਦੇ ਮਾਮਲੇ ਦਾ ਸਾਹਮਣਾ ਕਰ ਰਿਹਾ ਹੈ ਜੇਲ੍ਹ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਸੀ ਜਿਸ ਕਾਰਨ ਪੌੜੀ ਵੀ ਰੱਖੀ ਹੋਈ ਸੀ ਜੇਲ੍ਹ ਵਿੱਚ ਰਾਮਲੀਲਾ ਚੱਲ ਰਹੀ ਸੀ ਜਿਸ ਕਾਰਨ ਸਾਰਾ ਸਟਾਫ ਉਸ ਪਾਸੇ ਰੁੱਝਿਆ ਹੋਇਆ ਸੀ ਅਤੇ ਕੈਦੀ ਵੀ ਰਾਮਲੀਲਾ ਦੇਖ ਰਹੇ ਸਨ ਉਹ ਕਹਿੰਦੇ ਇਸੇ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਦੋਵੇਂ ਕੈਦੀ ਪੌੜੀ ਰਾਹੀਂ ਆਪਣਾ ਹੋਰ ਸਮਾਨ ਵਰਤ ਕੇ ਫਰਾਰ ਹੋ ਗਏ। ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਇਹ ਯਕੀਨੀ ਤੌਰ ਤੇ ਜੇਲ੍ਹ ਪ੍ਰਸ਼ਾਸਨ ਦੀ ਲਾਪਰਵਾਹੀ ਹੈ। ਐਫ ਆਈ ਆਰ ਦਰਜ ਕਰਕੇ ਜਾਂਚ ਵੀ ਕੀਤੀ ਜਾ ਰਹੀ ਹੈ। ਇਹਦੇ ਤੋਂ ਇਲਾਵਾ ਵਿਭਾਗੀ ਜਾਂਚ ਅਤੇ ਮੈਜਿਸਟ੍ਰੇਟੀ ਜਾਂਚ ਵੀ ਕੀਤੀ ਜਾਏਗੀ। ਉਹਨਾਂ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਜਾਂਚ ਵਿੜ ਦਿੱਤੀ ਗਈ ਹੈ ਅਤੇ ਨਿਰਧਾਰਤ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਤੇ ਜਲਦੀ ਐਸ ਪੀ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਅਸੀਂ ਉਹਨਾਂ ਨੂੰ ਲੱਭ ਲਵਾਂਗੇ। ਅਤੇ ਜੋ ਵੀ ਕਾਨੂੰਨੀ ਕਾਰਵਾਈ ਦੀ ਲੋੜ ਹੋਊਗੀ ਉਹ ਕੀਤੀ ਜਾਏਗੀ। ਉਹਨਾਂ ਦੱਸਿਆ ਕਿ ਫਰਾਰ ਹੋਏ ਕੈਦੀ ਪੰਕਜ ਦਾ ਸਬੰਧ ਪ੍ਰਵੀਨ ਵਾਲਵੀਕ ਗੈਂਗ ਨਾਲ ਹੈ ਤੇ ਇੱਕ ਦੁਸ਼ਹਿਰੇ ਤੇ ਹੋਰ ਬਹੁਤ ਵੱਡੀ ਅਤੇ ਦਰਦਨਾਕ ਘਟਨਾ ਵਾਪਰੀ ਹੈ। ਸ਼ਨੀਵਾਰ ਨੂੰ ਦੁਸ਼ਹਿਰਾ ਸੀ। ਭਾਵ ਕੱਲ ਦੁਸ਼ਹਿਰੇ ਵਾਲੇ ਦਿਨ ਹਰਿਆਣਾ ਦੇ ਕੈਥਲ ਦੇ ਵਿੱਚ ਆਲਟੋ ਕਾਰ ਨਹਿਰ ਵਿੱਚ ਡਾਢ ਗਈ। ਇਸ ਹਾਦਸੇ ਵਿੱਚ ਕਾਰ 'ਚ ਸਵਾਰ 8 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਇੱਕੋ ਹੀ ਪਰਿਵਾਰ ਦੇ 8 ਲੋਕ ਦੱਸੀ ਜਾ ਰਹੇ ਨੇ। ਉਹ ਕੈਥਲ ਦੇ ਦੇਗ ਪਿੰਡ ਦੇ ਰਹਿਣ ਵਾਲੇ ਸੀ ਪਰਿਵਾਰ ਸ਼ਨੀਵਾਰ ਸਵੇਰੇ ਕਾਰ ਰਾਹੀਂ ਮੰਦਰ ਮੱਥਾ ਟੇਕਣ ਜਾ ਰਿਹਾ ਸੀ ਜਦੋਂ ਉਹ ਮੰਦਰੀ ਕੋਲ ਪਹੁੰਚੇ ਤਾਂ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਝੱਡ ਗਈ ਪਿੰਡ ਦੇ ਲੋਕਾਂ ਨੇ ਕਾਰ ਨੂੰ ਨਹਿਰ ਦੇ ਵਿੱਚ ਡਿੱਗਦੇਆਂ ਦੇਖਿਆ ਤਾਂ ਉਹ ਬੌਕੇ ਉੱਤੇ ਪੁੱਜੇ ਕਾਫੀ ਮਿਹਨਤ ਮੁਸ਼ਕਲ ਤੋਂ ਬਾਅਦ ਕਾਰ ਨੂੰ ਬਾਹਰ ਕੱਢ ਲਿਆ ਗਿਆ ਕਾਰ ਵਿੱਚ ਸਵਾਰ ਜਿਹੜੇ ਵੀ ਵਿਅਕਤੀ ਸੀ ਉਹਨਾਂ ਨੂੰ ਹਸਪਤਾਲ ਪਹੁੰਚਦਾ ਕੀਤਾ ਗਿਆ ਅਤੇ ਉੱਥੇ ਡਾਕਟਰਾਂ ਨੇ ਸਾਰਿਆਂ ਨੂੰ ਮ੍ਰਿਤਕ ਐਲਾਨ ਦਿੱਤਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਰਜਕਾਰੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇਸ ਘਟਨਾ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਲਿਖਿਆ ਕਿ ਆਪਣੀ ਜਾਨ ਗਵਾਉਣ ਵਾਲਿਆਂ ਦੇ ਦੁਖੀ ਪਰਿਵਾਰਾਂ ਪ੍ਰਤੀ ਡੂੰਗੀ ਸੰਵੇਦਨਾ ਹੈ। ਪਰਮਾਤਮਾ ਉਹਨਾਂ ਨੂੰ ਇਹ ਦੁੱਖ ਸਹਿਣ ਦਾ ਬਲ ਬਖਸ਼ੇ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਰੇ ਕੈਥਲ ਦੇ ਗੁਹਾਣਾ ਪਿੰਡ ਵਿੱਚ ਸਥਿਤ ਗੁਰੂ ਰਵਿਦਾਸ ਮੰਦਰ ਵਿੱਚ ਮੱਥਾ ਟੇਕਣ ਜਾ ਰਹੇ ਸੀ। ਉਹ ਸਵੇਰੇ ਲਗਭਗ 8:30 ਵਜੇ ਘਰੋਂ ਗਏ ਮ੍ਰਿਤਕਾਂ ਦੀ ਗਿਣਤੀ 8 ਦੱਸੀ ਜਾ ਰਹੀ ਹੈ 7 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਸੀ ਕਾਰ ਚਲਾ ਰਿਹਾ ਡਰਾਈਵਰ ਵਾਰ-ਵਾਰ ਬਚ ਗਿਆ ਉਹਦਾ ਕੁੰਡਲੀ ਹਸਪਤਾਲ ਦੇ ਵਿੱਚ ਇਸ ਵਕਤ ਇਲਾਜ ਚੱਲ ਰਿਹਾ ਹੈ ਡੀਐਸਪੀ ਲਲਿਤ ਕੁਮਾਰ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਮਾਮਲੇ ਵਿੱਚ ਭਾਵੇਂ 8 ਲੋਕਾਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਵਿੱਚੋਂ 4 ਬੱਚੇ ਅਤੇ 3 ਔਰਤਾਂ ਸ਼ਾਮਲ ਨੇ ਲੜਕੀ ਕੋਮਲ ਦੀ ਲਾਸ਼ ਹਾਲੇ ਨਹੀਂ ಸಿ</strong>ਲ ਸਕੀ ਅਤੇ ਉਸਦੀ ਤਲਾਸ਼ ਹਾਲੇ ਵੀ ਜਾਰੀ ਸੀ ਪਿੰਡ ਵਾਸੀਆਂ ਦੀ ਮਦਦ ਦੇ ਨਾਲ ਤਲਾਸ਼ੀ ਮੁਹਿੰਮ ਜਾਰੀ ਹੈ ਜਲਦੀ ਉਹ ਆਖਿਆ ਕਿ ਬੱਚੀ ਦੀ ਲਾਸ਼ ਵੀ ਬਰਾਮਦ ਕਰ ਲਈ ਜਾਏਗੀ ਤੇ ਇਸੇ ਤਰ੍ਹਾਂ ਗੁਜਰਾਤ ਵਾਲੇ ਪਾਸੋਂ ਵੀ ਇੱਕ ਬਹੁਤ ਦਰਦਨਾਕ ਖਬਰ ਵੜ ਰਹੀ ਹੈ ਗੁਜਰਾਤ ਦੇ ਮਹਿਸਾਨਾ ਜ਼ਿਲ੍ਹੇ ਦੇ ਕਾੜੀ ਤਾਲੁਕਾ ਦੇ ਜਸਲਪੁਰ ਪਿੰਡ ਨੇੜੇ ਇੱਕ ਨਿੱਜੀ ਭਾਵ ਇੱਕ ਪ੍ਰਾਈਵੇਟ ਕੰਪਨੀ ਦੀ ਕੰਦ ਡਿੱਗਣ ਦੇ ਕਾਰਨ 7 ਲੋਕਾਂ ਦੀ ਮੌਤ ਹੋ ਗਈ ਹੈ ਇਹ ਘਟਨਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਲਗਭਗ 37 ਕਿਲੋਮੀਟਰ ਦੂਰ ਕਾਦੀ ਕਸਬੇ ਦੇ ਨੇੜੇ ਵਾਪਰੀ ਮਹਿਸਾਣਾ ਦੇ ਐਸਪੀ ਨੇ ਹਾਦਸੇ ਬਾਰੇ ਜਾਣਕਾਰੀ ਦਿੱਤੀ ਹੈ। ਉਹਨਾਂ ਦੱਸਿਆ ਕਿ ਸ਼ਨੀਵਾਰ ਨੂੰ ਇੱਕ ਪ੍ਰਾਈਵੇਟ ਕੰਪਨੀ ਦੀ ਕੰਧ ਡਿੱਗਣ ਦੇ ਕਾਰਨ ਇਹ ਵੱਡਾ ਹਾਦਸਾ ਵਾਪਰ ਗਿਆ। ਪਿੰਡ ਜਸਲਪੁਰ ਦੇ ਵਿੱਚ ਕਈ ਮਜ਼ਦੂਰ ਇੱਕ ਫੈਕਟਰੀ ਲਈ ਜ਼ਮੀਨ ਦੋਜ਼ ਟੈਂਕੀ ਬਣਾਉਣ ਵਾਸਤੇ ਟੋਆ ਪੁੱਟ ਰਹੇ ਸੀ। ਜਦੋਂ ਉਹ ਮਿੱਟੀ ਹੇਠਾਂ ਦੱਬੇ ਗਏ ਅਤੇ ਉਸ ਵਕਤ ਉਹ ਜਿੰਦਾ ਸਨ। ਉਹਨਾਂ ਦੱਸਿਆ ਕਿ ਸੱਤ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਨੇ ਅਤੇ ਕੁਝ ਹੋਰ ਮਜ਼ਦੂਰਾਂ ਦੇ ਵੀ ਇਸ ਮਿੱਟੀ ਹੇਠ ਦੱਬੇ ਹੋਣ ਦਾ ਖਦਸ਼ਾ ਹੈ। ਬਚਾਅ ਕਾਰਜ ਜਾਰੀ ਹਨ। ਬਚਾਰ ਟੀਮਾਂ ਮਲਵੇ ਹਿੱਟ ਦੱਬੇ ਕਿਸੇ ਵੀ ਵਾਧੂ ਮਜ਼ਦੂਰ ਦੀ ਸੁਰੱਖਿਆ ਬਰਾਮਦਗੀ ਉਹ ਯਕੀਨੀ ਬਣਾਉਣ ਵਾਸਤੇ ਲਗਾਤਾਰ ਕੰਮ ਕਰ ਰਹੀਆਂ ਸੀ ਤੇ ਹੁਣ ਗੱਲ ਕਰਦੇ ਆ ਕਿਸਾਨਾਂ ਦੀ ਤੇ ਦੂਸਰੇ ਪਾਸੇ ਮੀਡੀਆ ਦੀ ਦੈਨਿਕ ਸਵੇਰਾ ਦੇ ਉੱਤੇ ਦਰਅਸਲ ਇੱਕ ਪੋਸਟ ਕੀਤੀ ਗਈ ਜਿਸ ਦੇ ਵਿੱਚ ਜਾਣਕਾਰੀ ਮਿਲ ਰਹੀ ਹੈ ਤੇ ਦਾਵਾ ਕੀਤਾ ਗਿਆ ਹੈ ਕਿ ਸ਼ੰਭੂ ਮੋਰਚੇ ਵਾਲੇ ਕਿਸਾਨ ਅੰਦੋਲਨ ਦੇ ਅੰਦਰ ਫੁੱਟ ਪੈ ਗਈ ਸਰਵਰ ਸਿੰਘ ਭੰਦੇਈ ਅਤੇ ਜਗਜੀਤ ਡੱਲੇਵਾਲ ਤੋਂ ਮੋਰਚੇ ਦੇ ਬਾਕੀ ਲੀਡਰ ਰਾਜ਼ ਹੋ ਗਏ ਮੋਰਚਾ ਖਤਮ ਕਰਨ ਵਾਸਤੇ ਇਹ ਨਾਰਾਜ਼ ਲੀਡਰ ਦਬਾਅ ਪਾ ਰਹੇ ਨੇ ਕਿਸਾਨ ਲੀਡਰਾਂ ਨੇ ਇਸ ਖਬਰ ਨੂੰ ਹੁਣ ਸਿਰੂ ਨਕਾਰ ਦਿੱਤਾ ਹੈ মিডিਆ ادارے ਨੂੰ ਵੀ ਝੂਠੀ ਖਬਰ ਚਲਾਉਣ ਵਾਸਤੇ ਕਾਨੂੰਨੀ ਨੋਟਿਸ ਭੇਜਣ ਦੀ ਗੱਲ ਆਖੀ ਹੈ ਇਸ ਸਬੰਧੀ ਇੱਕ ਵੀਡੀਓ ਜਾਰੀ ਕਰਦਿਆਂ ਕਿਸਾਨ ਆਗੂ ਅਮਰਜੀਤ ਸਿੰਘ ਮੋਰੀ ਨੇ ਕਿਹਾ ਕਿ মিডিਆ ادارے ਵੱਲੋਂ ਪਾਈ ਗਈ ਖਬਰ ਸਰਾਸਰ ਗਲਤ ਹੈ ਝੂਠਾ ਬੇਬੁਨਿਆਦ ਹੈ ਤੇ ਮੋਰਚੇ ਨੂੰ ਤੋੜਨ ਦੀ ਕੋਸ਼ਿਸ਼ ਹੈ মিডিਆ ਰਾਹੀਂ ਉਹਨਾਂ ਦੇ ਅੰਦੋਲਨ ਨੂੰ ਤੋੜਨ ਦੀ ਸਾਜ਼ਿਸ਼ ਦੇ ਤਹਿਤ ਇਹ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਉਹਨਾਂ ਦੱਸਿਆ ਕਿ মিডিਆ ਚੈਨਲ ਦੀ ਇਸ ਵੀਡੀਓ ਦੇ ਰਾਹੀਂ ਦਾਵਾ ਕਰ ਰਿਹਾ ਹੈ ਕਿ ਕਿਸਾਨ 18 ਅਕਤੂਬਰ ਨੂੰ ਮੀਟਿੰਗ ਵਾਸਤੇ ਦਬਾਅ ਬਣਾ ਰਹੇ ਨੇ ਜਦਕਿ ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਆਗੂ ਨੂੰ ਖੁਦ ਇਸ ਸਬੰਧਤ ਕੋਈ ਜਾਣਕਾਰੀ ਨਹੀਂ ਕਿਸਾਨ ਆਗੂ ਬੁਰੀ ਨੇ ਆਖਿਆ ਕਿ ਅਜੇ ਤਾਂ ਬੀਤੀ ਰਾਤ ਹੀ ਮੋਰਚੇ ਦੀ ਸਮੁੱਚੀ ਲੀਡਰਸ਼ਿਪ ਦੀ ਲੰਬੇ ਸਮੇਂ ਤੱਕ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਠੰਡ ਦੇ ਮੌਸਮ ਨੂੰ ਦੇਖਦਿਆਂ ਮੋਰਚੇ ਦੇ ਅੰਦਰ ਲੰਗਰ ਠਹਿਰਨ ਦੇ ਪ੍ਰਬੰਧ ਪੱਕੇ ਰਸਤੇ ਆਦਿ ਪੁਖਤਾ ਪ੍ਰਬੰਧਾਂ ਦੇ ਵਾਸਤੇ ਗੱਲਬਾਤ ਕੀਤੀ ਗਈ ਹੈ। ਉਹਨਾਂ ਕਿਹਾ ਕਿ ਦੋਵੇਂ ਫੋਰਮਾਂ ਵੱਲੋਂ ਲੰਬੇ ਸਮੇਂ ਤੋਂ ਅੰਦੋਲਨ ਚਲਾਇਆ ਜਾ ਰਿਹਾ ਹੈ ਅਤੇ ਇਸੇ ਤਰ੍ਹਾਂ ਮਜ਼ਬੂਤੀ ਨਾਲ ਅੰਦੋਲਨ ਅੱਗੇ ਵੀ ਲੜਿਆ ਜਾਏਗਾ। ਉਹਨਾਂ ਬੜੇ ਸਖਤ ਸ਼ਬਦਾਂ ਦੇ ਵਿੱਚ ਕਿਹਾ ਹੈ ਕਿ ਜਿਹੜੇ ਲੋਕ ਸੋਚ ਰਹੇ ਨੇ ਕਿ ਹਰਿਆਣਾ ਵਿੱਚ ਭਾਜਪਾ ਦੀ ਸਰਕਾਰ ਆ ਗਈ ਹੈ ਕਹਿੰਦੇ ਤਾਂ ਸ਼ਾਇਦ ਇਹ ਅੰਦੋਲਨ ਇਸ ਕਰਕੇ ਹੁਣ ਠੱਪ ਹੋ ਜਾਏਗਾ। ਉਹ ਕਹਿੰਦੇ ਯਾਦ ਰੱਖਣ ਕਿ ਪਿਛਲੇ 10 ਸਾਲਾਂ ਤੋਂ ਇੱਥੇ ਹਰਿਆਣੇ 'ਚ ਭਾਜਪਾ ਦੀ ਸਰਕਾਰ ਸੀ। ਸੰਘਰਸ਼ ਕਿਸਾਨ ਉਦੋਂ ਵੀ ਕਰਦੇ ਸੀ ਜਦੋਂ ਤੱਕ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅੰਦੋਲਨ ਮਜ਼ਬੂਤੀ ਨਾਲ ਇਸੇ ਤਰ੍ਹਾਂ ਲੜਿਆ ਜਾਏਗਾ ਉਹਨਾਂ ਦੈਨਿਕ ਸਵੇਰਾ ਨੂੰ ਇਸ ਝੂਠੀ ਖਬਰ ਚਲਾਉਣ ਸੰਬੰਧੀ ਕਾਨੂੰਨੀ ਨੋਟਸ ਭੇਜਣ ਦੀ ਵੀ ਤਾੜਨਾ ਕੀਤੀ ਹੈ ਉਹਨਾਂ ਸਵਾਲ ਵੀ ਚੁੱਕਿਆ ਹੈ ਕਿ ਅਦਾਰਾ ਦੱਸੇ ਕਿ ਉਹਨਾਂ ਦੇ ਕਿਹੜੇ ਸੂਤਰ ਨੇ ਕਿ ਕਿਸਾਨ ਮੋਰਚਾ ਛੱਡ ਕੇ ਜਾ ਰਹੇ ਨੇ ਜਦਕਿ ਕਿਸਾਨ ਤਾਂ ਮੋਰਚੇ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਇਹਦੀ ਹੋਰ ਚੜ੍ਹਦੀ ਕਲਾ ਦੇ ਵਾਸਤੇ ਦਿਨ ਰਾਤ ਮਿਹਨਤ ਕਰ ਰਹੇ ਨੇ ਇਹ ਆ ਖਬਰਾਂ ਬੋਇੰਗ ਕੰਪਨੀ ਦਾ ਹੈ ਤੇ ਵੱਡਾ ਫੈਸਲਾ ਕਰਮਚਾਰੀ ਨੂੰ ਝਟਕਾ ਹੈ ਦੁਨੀਆ ਵਿੱਚ ਹਵਾਈ ਜਹਾਜ਼ ਬਣਾਉਣ ਵਾਲੀ ਬਹੁਤ ਮਸ਼ਹੂਰ ਕੰਪਨੀ ਹੈ ਬੋਇੰਗ ਬੋਇੰਗ ਨੇ ਆਪਣੇ 10% ਦੇ ਕਰਮਚਾਰੀਆਂ ਦੀ ਛਾਂਟੀ ਕਰਦਾ ਐਲਾਨ ਕਰ ਦਿੱਤਾ ਹੈ ਕੰਪਨੀ ਦੇ ਇਸ ਫੈਸਲੇ ਦੇ ਕਾਰਨ ਲਗਭਗ 17000 ਕਰਮਚਾਰੀਆਂ ਦੀ ਨੌਕਰੀ ਜਾ ਸਕਦੀ ਹੈ ਬੋਇੰਗ ਤੇ ਇਸ ਫੈਸਲੇ ਨਾਲ ਇਸ ਦੇ ਉਤਪਾਦਨ ਦੇ ਵਿੱਚ ਵੀ ਦੇਰੀ ਹੋਏਗੀ ਦਰਸਲ ਕੰਪਨੀ ਇਸ ਸਮੇਂ ਕਾਰੋਬਾਰ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਵੀ ਕਰ ਰਹੀ ਹੈ ਬੋਇੰਗ ਦੇ ਮੁੱਖ ਕਾਰਜਕਾਰੀ ਕੈਲੀ ਓਟਨਬਰਗ ਨੇ ਕਰਮਚਾਰੀ ਨੂੰ ਈਮੇਲ ਦੇ ਵਿੱਚ ਲਿਖਿਆ ਹੈ ਇਹ ਐਗਜ਼ੀਕਟਿਵ ਮੈਨੇਜਰ ਅਤੇ ਜਿਹੜੇ ਕਰਮਚਾਰੀ ਹੈ ਉਹਨਾਂ ਦੀਆਂ ਨੌਕਰੀਆਂ ਖਤਰੇ ਵਿੱਚ ਨੇ ਬੋਇੰਗ ਨੇ ਆਪਣੇ ਹਥਿਆਰਾਂ ਤੇ ਫੌਜੀ ਸਾਜ਼ੋ-ਸਮਾਨ ਦੇ ਨਿਰਮਾਣ ਕਾਰੋਬਾਰ ਵਿੱਚ ਨੁਕਸਾਨ ਦੀ ਚੇਤਾਵਨੀ ਵੀ ਦਿੱਤੀ ਹੈ ਇਹਦੇ ਤੋਂ ਇਲਾਵਾ ਕੰਪਨੀ ਨੇ ਆਪਣੇ ਨਵੇਂ ਜਹਾਜ਼ 777X ਦੀ ਡਿਲੀਵਰੀ ਡੇਟ ਵੀ ਵਧਾ ਦਿੱਤੀ ਹੈ ਬੋਇੰਗ ਨੂੰ ਕਰਮਚਾਰੀਆਂ ਦੀਆਂ ਹੜਤਾਲਾਂ ਅਤੇ ਜਹਾਜ਼ਾਂ ਦੀ ਗੁਣਵੱਤਾ ਨਾਲ ਜੁੜੀਆਂ ਸਮੱਸਿਆਵਾਂ ਦਾ ਇਸ ਵਕਤ ਸਾਹਮਣਾ ਕਰਨਾ ਪੈ ਰਿਹਾ ਹੈ ਕੰਪਨੀ ਦੇ ਮੁੱਖ ਕਾਰਜਕਾਰੀ ਓਟਵਰਗ ਨੇ ਆਪਣੀ ਈਮੇਲ ਦੇ ਵਿੱਚ ਕਿਹਾ ਹੈ ਕਿ ਕੰਪਨੀ ਆਉਣ ਵਾਲੇ ਮਹੀਨਿਆਂ ਦੇ ਵਿੱਚ ਕਰਮਚਾਰੀਆਂ ਦੀ ਛਾਂਟੀ ਜਾਰੀ ਰੱਖੇਗੀ ਭਾਵ ਵੱਡੀ ਗਿਣਤੀ ਵਿੱਚ ਤਕਰੀਬਨ 17000 ਇੱਕ ਕਰਮਚਾਰੀ ਅਤੇ ਅਧਿਕਾਰੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਛੁੱਟੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਭਾਵ ਨੌਕਰੀ ਤੋਂ ਉਹਨਾਂ ਨੂੰ ਕੱਢਿਆ ਜਾ ਸਕਦਾ ਹੈ ਦੋਸਤੋ ਇਹ ਸੀ ਕੁਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਹੈ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਕੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣੋ ਸਭਾ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਖਾ